ਖੋ ਜੀ ਆਪਣੇ ਜਿਹੜਾ ਮੇਨ ਆ ਜੀ ਦੇਖੋ ਜੇ ਗੋਲਡੀ ਸਾਹਿਬ ਬਾਰੇ ਕਹਿੰਦੇ ਤੁਸੀਂ ਆਪਾਂ ਉਹਨਾਂ ਬਾਰੇ ਕਹਿੰਦੇ ਆ ਆਪਾਂ ਸਾਡੇ ਘਰ ਦੇ ਵਿੱਚ ਮੇਰੀ ਮਾਤਾ ਜੀ ਦੋ ਵਾਰੀ ਤਿੰਨ ਵਾਰੀ ਉਹਨਾਂ ਦੇ ਦਫ਼ਤਰ ਜਾਏ 65 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੀ ਉਹਨਾਂ ਨੇ ਕੋਈ ਪਿਲਸਲ ਨਹੀਂ ਲਾਈ ਜੀ ਸਾਡੇ ਘਰੋਂ ਮੋਬਾਈਲ ਚੋਰੀ ਹੋਏ ਇਹਨਾਂ ਦੇ ਦਫ਼ਤਰ ਦੇ ਗੇੜੇ ਕੱਢ ਕੱਢ ਅਸੀਂ 10 ਜਣੇ ਆ ਕੇ ਹੇਰੂ ਪਿੰਡ ਦੇ ਤਾਰੀ ਮੈਂਬਰ ਵੀ ਨੇ ਜੀ ਇਹ ਵੀ ਜਾ ਕੇ ਆਏ ਪਰ ਖਾੜੀ ਕੋਈ ਕਿਸੇ ਨੇ ਸੁਣਵਾਈ ਨਹੀਂ ਕਰੀ ਜ ਇਹਨਾਂ ਨੇ ਜੇ ਅਸੀਂ ਅੱਜ ਚਾਹੁੰਦੇ ਆ ਜੀ ਤਾਂ ਆਮ ਪਾਰਟੀ ਨੂੰ ਚਾਹੁੰਦੇ ਆ ਕਿਉਂਕਿ ਸਾਨੂੰ ਐਂ ਦਿਖ ਰਿਹਾ ਵੀ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹ ਸਾਡੇ ਗਰੀਬ ਬੰਦਿਆਂ ਲਈ ਕੁਝ ਵੀ ਕਰ ਸਕਦੇ ਨੇ ਉਹ ਠੀਕ ਹੈ ਨਾ ਜੀ ਗੱਲ ਤੇ ਵੱਡੀ ਗੱਲ ਹੈ ਜੀ ਹੁਣ ਅਸੀਂ ਖੇਤੀਬਾੜੀ ਨਾਲ ਸੰਬੰਧ ਸਾਡਾ ਕੰਮ ਆ ਜੀ ਅਸੀਂ ਠੀਕ ਹੈ ਨਾ ਜੀ ਇਹਦੇ ਵਿੱਚ ਜਿੰਨੀ ਵੀ ਸਾਡੇ ਖੇਤਾਂ ਵਿੱਚ ਜ਼ਿਮੀਂਦਾਰ ਭਾਈਆਂ ਦੀਆਂ ਚੋਰੀਆਂ ਹੁੰਦੀਆਂ ਨੇ ਜੀ ਸਭ ਤੋਂ ਵੱਡਾ ਦੁੱਖ ਸਾਨੂੰ ਇਹ ਹੈਗਾ ਕਿਉਂਕਿ ਉਹਦੇ 'ਚ ਸਾਨੂੰ ਵੀ ਟੈਨਸ਼ਨ ਹੈ ਜੀ ਸਹੀ ਹੈ ਨਾ ਜੀ ਤੇ ਆਪਾਂ ਇਹ ਚਾਹੁੰਦੇ ਆ ਵੀ ਇਸ ਚੋਰੀ ਨੂੰ ਜੇ ਮੁਕਾਇਆ ਜਾ ਸਕਦਾ ਤਾਂ ਇਹ ਲੀਡਰ ਸਾਹਿਬ ਮੁਕਾ ਸਕਦੇ ਨੇ ਕੋਈ ਵੀ ਹੈ ਅਸੀਂ ਇਹੀ ਚੀਜ਼ ਭਾਲਦੇ ਆ ਵੀ ਜੇ ਆਮ ਪਾਰਟੀ ਸਾਡੇ ਲਈ ਕੁਝ ਕਰਦੀ ਆ ਤਾਂ ਅਸੀਂ ਖੁੱਲ ਕੇ ਚਾੜੂ ਨੂੰ ਸਪੋਰਟ ਕਰਾਂਗੇ ਜੀ ਖੁੱਲ ਕੇ ਕਰਾਂਗੇ ਹਾਂ ਜੀ ਫੁੱਲ ਖੁੱਲ ਕੇ ਕਰਾਂਗੇ ਜੀ ਸਾਡਾ ਸਪੋਰਟ ਕਿੰਨਾ ਖੁੱਲ ਕੇ ਮੈਂ ਕਹਿੰਨਾ ਜੀ ਦਿਲੋਂ ਖੁੱਲ ਕੇ ਜਿੰਨੀਆਂ ਸਾਡੇ ਕੋਲੇ ਸਾਡੀਆਂ ਮਾਸੀ ਆ ਸਾਡੀ ਜਾਗੀਰ ਤੋਂ ਹੋਰ ਵੀ ਰਿਸ਼ਤੇਦਾਰ ਨੇ ਅਗਰ ਆਹ ਤਾਂ ਮੰਗਵਾਲ ਤੋਂ ਜਿੱਥੇ-ਜਿੱਥੇ ਵੀ ਸਾਡੀ ਰਿਸ਼ਤੇਦਾਰ ਨੇ ਆਮ ਪਾਰਟੀਂ ਚੜ੍ਹੂ ਨੂੰ ਸੀ ਬੋਟ ਦੇਵਾਂਗੇ ਤੇ ਇਹਨਾਂ ਨੂੰ ਕਿਉਂ ਨਹੀਂ 골ਡੀ ਨੂੰ ਕਿਉਂ ਨਹੀਂ ਨਾ ਜੀ ਜਿਹੜਾ ਬੰਦਾ ਸਾਡੇ ਮਹਾਲੇ ਚ ਦਸਮੇਸ਼ਨਗਰ ਚ ਇੱਕ ਦਿਨ ਆ ਕੇ ਸਾਡੇ ਟੋਏ ਪੱਟੇ ਪਏ ਪੱਟੇ ਗਏ ਤੇ ਉਥੇ ਮੀਂਹ ਵਿੱਚ ਡੇਡੇ ਖੱਡੇ ਪੈ ਗਏ ਸਾਡੇ 5 ਨੰਬਰ ਵਿੱਚ ਉਹ ਜਦੋਂ ਉਹਨਾਂ ਦਾ ਨਹੀਂ ਕੋਈ ਮੌਕੇ ਤੇ ਹੱਲ ਕਰਿਆ ਫਿਰ ਸਾਨੂੰ ਇਹ ਜੀ ਸਰਕਾਰ ਦੀ ਕੀ ਲੋੜ ਆ ਜੀ ਹਾਂਜੀ ਹਾਂ ਤਾਂ ਹੈ ਹਾਂਜੀ ਚੰਨੀ ਕਹਿੰਦਾ ਮੈਗਰੀਪਾਂ ਦਾ ਸਿੰਘਾਂ ਨੇ ਗਰੀਬਾਂ ਦਾ ਨਹੀਂ ਜੀ ਚੰਨੀ ਸਾਹਿਬ ਤਾਂ ਜੀ ਉਹ ਗੱਲ ਨਹੀਂ ਜੀ ਚੰਨੀ ਸਾਹਿਬ ਦਾ ਤਾਂ ਇਹ ਹੈ ਜੀ ਪੋਜੀਸ਼ਨ ਚੰਨੀ ਸਾਹਿਬ ਤਾਂ ਸਿਰਫ ਆਪਦਾ ਹੀ ਕਰ ਸਕਦੇ ਨੇ ਜੀ ਉਹਨਾਂ ਨੇ ਤਾਂ ਆਪਦਾ ਹੀ ਉਹ ਕਰਨਾ ਆਪਦਾ ਢਿੱਡ ਭਰਨਾ ਤੁਸੀਂ ਅੱਜ ਦੀ ਦੇਖ ਲਓ ਜੀ ਨਿਊਜ਼ ਉਹਦੇ ਮਾਮਾ ਨੇ ਸ਼ਕੇ ਮਾਮਾ ਕਰਨਜੀਤ ਸਿੰਘ ਚੰਨੀ ਦੇ ਹਮ ਸ਼ਕੇ ਮਾਮਾ ਜੀ ਦਾ ਘਰ ਡਿਗੇ ਹੋਇਆ ਟੁੱਟਿਆ ਫੁੱਟਿਆ ਜਦੋਂ ਆਪਦਾ ਉਹ ਮਾਮਾ ਜੀ ਦਾ ਆਪਣੇ ਘਰ ਦੇ ਦਾ ਸ਼ਕੇ ਦਾ ਕੰਮ ਨਹੀਂ ਕਰ ਸਕਦਾ ਸਾਡੀ ਇਸ ਪਬਲਿਕ ਦਾ ਜਾਂ ਗਰੀਬ ਬੰਦੇ ਦਾ ਕੀ ਕਰ ਦੂਗਾ ਉਹ ਸਹੀ ਹੈ ਜੀ ਤੇ ਅਸੀਂ ਆ ਜਿੱਥੇ ਤੱਕ ਹੋ ਸਕੂ ਅਸੀਂ ਸਪੋਰਟ ਫੋ ਜਿਵੇਂ ਠੋਕ ਕੇ ਝਾੜੂ ਨੂੰ ਦੇਵਾਂਗੇ ਭਗਵੰਤ ਮਾਨ ਹਾਂ ਜੀ ਭਗਵੰਤ ਮਾਨ ਉਹ ਕਹਿੰਦੇ ਪਫਰਾ ਪੀਂਦਾ ਕਹਿੰਦੇ ਮੈਂ ਕਹਿੰਦਾ ਜੀ ਮੈਂ ਪੀਣਾ ਮੈਂ ਵੀ ਪੀਣਾ ਹੀ ਸ਼ਰਾਬ ਤੇ ਸਾਨੂੰ ਇੱਕ ਇੱਕ ਜਰੂਰ ਉਹ ਆ ਜੀ ਵੀ ਜੇ ਭਗਵੰਤ ਮਾਨ ਸਾਡੇ ਲਈ ਸੋਚਦਾ ਤਾਂ ਅਸੀਂ ਉਹਨਾਂ ਨੂੰ ਇੱਕੋ ਹੀ ਰਿਕਵੈਸਟ ਕਰਾਂਗੇ ਕਿਉਂਕਿ ਸਾਡੇ ਅਸੀਂ ਉਹਨਾਂ ਦੇ ਛੋਟੇ ਛੋਟੇ ਭਾਈ ਲਾਲਾ ਚਾਹੇ ਵੀ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਸਾਨੂੰ ਜਿਹੜਾ ਸਾਡੇ ਛੋਟੇ ਭਾਈ ਨੇ ਜਿਵੇਂ ਚਿੱਟਾ ਪੀ ਕੇ ਮਰਦੇ ਨੇ ਜਾਂ ਕੋਈ ਵੀ ਮੇਰਾ ਭਾਈ ਆ ਜਾ ਜਾ ਕੋਈ ਹੋਰ ਹੈ ਉਹ ਇਸ ਕੁੱਤੇ ਨਸ਼ੇ ਨੂੰ ਖਤਮ ਕਰਕੇ ਤੂਰੀ ਦੇ ਵਿੱਚ ਲਾ ਲਓ ਕਿਸੇ ਵੀ ਇਲਾਕੇ ਚ ਲਾ ਲਓ ਪੋਸਟ ਦਾ ਕੋਈ ਠੇਕਾ ਖਲਾਉਂਦੇ ਨੇ ਤਾਂ ਅਸੀਂ ਉਹਦੇ ਲਈ ਉਸ ਨੂੰ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਵੀ ਸਾਡੀ ਏਅਰ ਕਾਸਟ ਹੈ ਕੋਈ ਵੀ ਬੰਦਾ ਫੀਮ ਖਾਂਦਾ ਜੀ ਭੁੱਕੀ ਖਾਂਦਾ ਉਹ ਬੰਦਾ ਕਿਸੇ ਨੂੰ ਸਾਈਡ ਇਫੈਕਟ ਨਹੀਂ ਨਾ ਕੋਈ ਮਰਦਾ ਉਲਟ ਕੇ ਕੰਮ ਕਰਦਾ ਜੀ ਹਾਂਜੀ ਜਿਹੜਾ ਚਿੱਟਾ ਪਿੰਦਾ ਜੀ ਬੰਦਾ ਉਹ ਆਪਣੇ ਘਰੇ ਤੋਂ ਕਹਿੰਦਾ ਮੈਂ ਭਾਂਡੇ ਵੀ ਵੇਚ ਦਿੰਦਾ ਜੀ ਇਹ ਹਾਲਾਤ ਹਾਂਜੀ ਇਹ ਹਾਲਾਤ ਨੇ ਤੇ ਉਸ ਤੋਂ ਬਾਅਦ ਲਾ ਲੋ ਸਾਡੇ ਅਮਹਾ ਆਪਣੇ ਆ ਪਲਾਟ ਵਿਕੇ ਨੇ ਜੀ ਇੱਥੇ ਰੋਜ ਆਣਾ ਜਿਵੇਂ ਕਹਿੰਦੇ ਨੇ ਇੱਕ ਐਨਾ ਵਧੀਆ ਮੁੰਡਾ ਤੀ ਜਾਈ ਬੋਲਟ ਰੱਖਿਆ ਸੀ ਘਰ ਦੇ ਵਿੱਚ ਕੱਲਾ ਮੁੰਡਾ ਸੀ ਜੀ ਉਹ ਉਸ ਵਿਚਾਰੇ ਦਾ ਐਨਾ ਬੁਰਾ ਹਾਲ ਹੋ ਕੇ ਉਹ ਤੜਫ ਕੇ ਮਰਿਆ ਜੀ ਜੇ ਕੀ ਗੱਲ ਸਾਡੀ ਸਰਕਾਰ ਅੰਨੀ ਆਈ ਇਹ ਕੌਣ ਨੇ ਜੀ ਜਿਹੜੇ ਸਾਡੇ ਪੰਜਾਬ ਨੂੰ ਖਰਾਬ ਕਰਨ ਲਈ ਚਿੱਟਾ ਲੈ ਕੇ ਆਏ ਨੇ ਇਹ ਗੱਲ ਜ਼ਰੂਰੀ ਹੈ ਜੀ ਇਹ ਮੇਨ ਜ਼ਰੂਰੀ ਹੈ ਸਾਡੇ ਲਈ ਵੀ ਸਾਨੂੰ ਉਹ ਚੀਜ਼ ਜਿਹੜੀ ਸਾਨੂੰ ਵਿਰਾਸਤ ਚ ਮਿਲੀ ਹੈ ਸਾਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਕੈਪਟਨ ਸਾਹਿਬ ਤਾਂ ਕਹਿੰਦੇ ਨਸ਼ਾ ਖਤਮ ਕਰਤਾ ਮੈਂ ਉਹ ਜੀ ਕਿਹੜਾ ਕੈਪਟਨ ਸਾਹਿਬ ਨੇ ਨਸ਼ਾ ਖਤਮ ਕਰਤਾ ਝੂਠੀਆਂ ਸਹਾ ਜਿਹੜਾ ਮਹਾਰਾਜ ਜੀ ਪ੍ਰਕਾਸ਼ ਜੀ ਖਾ ਗਿਆ ਇਹ ਜੇ ਘਟੀਆਂ ਬੰਦੇ ਨੂੰ ਕੀ ਕਹਾਂਗੇ ਜੀ ਅਸੀਂ ਜਿਹੜਾ ਸਾਡੇ ਲਈ ਕੋਈ ਉਹੀ ਨਹੀਂ ਕਰ ਸਕਦਾ ਹੁਣ ਆ ਗਰੀਬ ਬੰਦੇ ਬੈਠੇ ਨੇ ਜ਼ਿਮੀਂਦਾਰ ਭਾਈ ਬੈਠੇ ਨੇ ਇਨਾਂ ਲਈ ਕੀ ਕਰਤਾ ਜੀ ਨਾ ਕੋਈ ਸੁਸਾਇਟੀ ਮਾਫਾ ਨਾ ਕੋਈ ਕਰਜ਼ਾ ਮਾਫੀ ਹੈ ਜੀ ਇਹਨਾਂ ਨੂੰ ਦੱਸੋ ਇਹ ਕਿੱਥੇ ਜਾਣਗੇ ਜੀ ਇਹ ਹੱਥਾਂ ਨੂੰ ਸਾਰੀ ਦਿਹਾੜੀ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਮੈਂ ਵੀ ਮੈਂ ਵੀ ਮੋਟਰਾਂ ਸਮਾਰਦਾ ਜੀ ਇਨਾਂ ਭਾਈਆਂ ਦੀ ਜੇ ਇਨਾਂ ਤੋਂ ਮੈਨੂੰ ਕੋਈ 10 ਰੁਪਏ ਮਿਲਦੇ ਨੇ ਤਾਂ ਮੇਰੇ ਘਰ ਦਾ ਗੱਜਰਾ ਚੱਲਦਾ ਜੀ ਮੈਨੂੰ ਤਾਂ ਕੋਈ ਸਰਕਾਰ ਦਿੰਦੀ ਨਹੀਂ ਜੀ ਮੁਕਮ ਇਹ ਕਰਦਾ ਠੀਕ ਹੈ ਜੀ ਮੈਨੂੰ ਤਾਂ ਮੈਂ ਤਾਂ ਸਿਰਫ ਆਪਣੇ ਹੱਥਾਂ ਦੀ ਮਿਹਨਤ ਕਰਦਾ ਜੀ ਤਾਂ ਮੈਂ ਰੋਟੀ ਕਮਾ ਕੇ ਖਾਣਾ ਕਿਉਂਕਿ ਸਾਡੇ ਘਰ ਦੇ ਵਿੱਚ ਜੇ ਆਹ ਜ਼ਿਮੀਂਦਾਰ ਭਾਈ ਬੈਠੇ ਨੇ ਕਿਹਰੂ ਪਿੰਡ ਦੀ ਸੱਤ ਦੇ ਵਿੱਚ ਤਾਂ ਅੱਜ ਰੋਟੀ ਖਾਨਾ ਤਾਂ ਇਨਾਂ ਭਾਈਆਂ ਦੇ ਸਿਰ ਤੋਂ ਖਾਨਾ ਜੀ ਮੈਂ ਠੋਕ ਕੇ ਬਿਆਨ ਦਿੰਨੇ ਆ ਜੀ ਤੇ ਹਾਂਜੀ ਜੇ ਆਮ ਪਾਰਟੀ ਨੂੰ ਅਸੀਂ ਚਾਹੁੰਦੇ ਆ ਤਾਂ ਆਮ ਪਾਰਟੀ ਦੇ ਵਿੱਚ ਅਸੀਂ ਹਰ ਇੱਕ ਬੰਦੇ ਨੂੰ ਸਪੋਰਟ ਦੇਵਾਂਗੇ ਉਹ ਚਾਹੇ ਕਿਸੇ ਵੀ ਪਾਸੇ ਕੋਈ ਵੀ ਇਲਾਕੇ ਦੇ ਵਿੱਚ ਹੈ ਚਾਹੇ ਕਿਸੇ ਗਿੱਦੜਵਾਏ ਤੋਂ ਖੜਾ ਕਿਸੇ ਹੋਰ ਸਨਾਮ ਤੋਂ ਖੜਾ ਹਾਂਜੀ ਜਿੱਥੋਂ ਜੀ ਕਰਦਾ ਜੀ ਖੋਲ ਲਕੇ ਖੋਲ ਲਕੇ ਜੀ ਆ ਤੁਸੀਂ ਮੈਂ ਇੱਕ ਮੈਨੂੰ ਕਿਦਨ ਦਾ ਲੱਭਦਾ ਫਿਰਦਾ ਮੈਨੂੰ ਮਿਲਿਆ ਨਹੀਂ ਹਾਂ ਜੀ ਮਿਲ ਗਿਆ ਖੋਲ ਗਿਆ ਮਿਲ ਗਿਆ ਪਰ ਮੈਨੂੰ ਗੁੱਸਾ ਗੋਲਦੀ ਤੇ ਇੰਨਾ ਜੀ ਕਿਉਂਕਿ ਮੇਰੇ ਮਾਂ ਵਿਚਾਰੀ ਦੀ ਲੱਤ ਫੈਕਚਰ ਹੋਈ ਹੋਈ ਸੀ ਉਹਦੇ ਦਫ਼ਤਰ ਗੇੜੇ ਮਾਰਦੇ ਆ ਖੁਦ ਮੈਂ ਜਿਹੜਾ ਉਹਨਾਂ ਦਾ ਸੈਡੀ ਇੱਕ ਰੇੜੀ ਤੇ ਬੈਠਾ ਹੁੰਦਾ ਗੋਲਦੀ ਸਾਹਿਬ ਦੇ ਮੁੰਡਾ ਰੇੜੀ ਜੀ ਚਲਾਉਂਦਾ ਉਹਨਾਂ ਨੂੰ ਮਿੰਤਾ ਕਰ ਲਿਆ ਜਿਹੜਾ ਇੱਕ ਸਾਡੇ 10 ਮੇਸਨਗਰ ਦਾ ਮੁੰਡਾਗਾ ਉਹ ਨੌਂ ਪੁੱਲ ਲੱਗਿਆ ਮੈਨੂੰ ਯਾਦ ਨਹੀਂ ਉਸ ਬੰਦੇ ਦੀ ਅਸੀਂ ਮਿੰਤਾਂ ਕਰ ਲਈਆਂ ਕੀ ਗੱਲ ਵੀ ਅਸੀਂ ਅਸੀਂ ਤੁਹਾਨੂੰ ਵੋਟ ਦਿੱਤੀ ਹੈ ਜੀ ਉਹਨਾਂ ਦਾ ਹੱਕ ਮੰਨਦਾ ਦੀ ਗੋਲਦੀ ਵੀਰ ਦਾ ਵੀ ਹਾਂ ਅਸੀਂ ਸਪੋਰਟ ਕਰੀਏ ਇਹਨਾਂ ਨੂੰ ਕੀ ਗੱਲ ਜੀ ਅਸੀਂ ਅਸੀਂ ਜੇ ਆਪ ਭਾਈ ਬੈਠੇ ਨੇ ਜੀ ਜੇ ਇਹ ਸਪੋਰਟ ਕਿਸੇ ਨੂੰ ਦੇਣਗੇ ਤਾਂ ਕੋਈ ਸਰਕਾਰ ਬਣ ਸਕਦੀ ਹੈ ਸਾਰਾ ਉਸ ਤੋਂ ਬਾਅਦ ਕੋਈ ਸਰਕਾਰ ਨਹੀਂ ਬਣ ਸਕਦੀ ਅੱਛਾ ਇੱਕ ਚੰਨੀ ਸਾਹਿਬ ਨੇ ਕਿਹਾ ਸੀ ਪੰਜ ਪੰਜ ਮਰਲੇ ਦੇ ਪਲਾਟ ਗਰੀਬਾਂ ਨੂੰ ਮਿਲੇ ਹਾਂ ਜੀ ਸਾਨੂੰ ਤਾਂ ਕੁਝ ਨਹੀਂ ਮਿਲਿਆ ਜੀ ਸਾਡੇ ਅਸੀਂ ਸ਼ਹਿਰੀ ਹਾਂ ਜੀ ਵਿੱਚ ਸ਼ਹਿਰ ਦੇ ਵਿੱਚ ਰਹਿੰਦੇ ਆ ਸਾਨੂੰ ਲੋ ਸਾਨੂੰ ਨਾ ਕੋਈ ਮਰਲਾ ਜੀ ਸਾਨੂੰ ਸ਼ਹਿਰ ਦੇ ਵਿੱਚ ਮਰਲਾ ਦੇਣਗੇ ਕਿੱਥੋਂ ਜੀ ਕਿਉਂਕਿ ਸਾਡੇ ਤਾਂ ਨਾ ਕੋਈ ਪੰਚਾਇਤੀ ਜ਼ਮੀਨ ਹੈ ਬਾਕੀ ਤਾਂ ਸਾਡੇ ਐਮ.ਸੀ. ਖਾ ਜਾਂਦੇ ਨੇ ਕੋਈ ਇੱਟਾ ਰੋੜੇ ਨੇ ਉਹ ਅੱਡ ਉਹ ਹੋ ਜਾਂਦਾ ਹੀ ਸਾਨੂੰ ਕੌਣ ਦਿੰਦਾ ਜੀ ਹੁਣ ਐਮ.ਸੀ. ਕੋਲੇ ਜਾਣਾ ਅਸੀਂ ਇੱਕ ਰਾਸਨ卡ਡ ਬਣਵਾਉਨੇ ਆ ਉਹਦੇ ਲਈ ਸਾਨੂੰ 35 ਗੇੜੇ ਕੱਢਣੇ ਪੈਂਦੇ ਨੇ ਅਸੀਂ ਚਾਹੁੰਦੇ ਆ ਕੇਸਰੀਵਾਲ ਸਾਹਿਬ ਮੰਗੂ ਇੱਕ ਨੰਬਰ ਨੰਬਰ ਇਸ਼ੂ ਕੀਤਾ ਜਾਵੇ ਵੀ ਜੋ ਸਾਨੂੰ ਕੋਈ ਵੀ ਲੋੜ ਹੈ ਤਾਂ ਸਾਡੇ ਘਰੇ ਆ ਕੇ ਬੰਦਾ ਕੰਮ ਕਰਕੇ ਜਾਵੇ ਕੋਈ ਸਾਨੂੰ ਪਾਣੀ ਦੀ ਪ੍ਰੋਬਲਮ ਹੈ ਜਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸਾਨੂੰ ਇਹ ਚੀਜ਼ਾਂ ਮੇਨ ਸਿਰਫ ਸਾਨੂੰ ਭਗਵਾਨ ਤਮਾਨ ਤੋਂ ਹੀ ਮੇਨ ਜ਼ਰੂਰੀ ਲੱਗਦੀਆਂ ਨੇ ਸਹੀ ਹੈ ਜੀ ਮੈਨੂੰ ਮੈਂ ਦਿਲੋਂ ਠੋਕ ਕੇ ਕਹਿੰਦਾ ਜੀ ਜਿੰਨਾ ਆਪਾਂ ਗੋਲਦੀ ਦੇ ਕਰਿਆ ਸੀਗਾ ਪਰ ਉਹਨੇ ਜਿੱਦਨੇ ਉਹ ਜਿੱਤਿਆ ਸੀ ਉਸ ਦਿਨ ਮੈਂ ਉਸ ਨੂੰ ਰਿਕਵੈਸਟ ਉਸ ਪਿੱਛੇ ਲਾ ਕੇ ਵੀ ਪੈਟਰੋਲ ਪੰਪ ਤੋਂ 50 ਰੁਪਏ ਦਾ ਤੇਲ ਪਾਇਆ ਸੀ ਉਸ ਬੰਦੇ ਨੇ ਮੈਂ ਉਥੋਂ ਲੱਡਾ ਕਿਲਾ ਕਾਂਜਲਾ ਬਟੂਹਾ ਤੇ ਢੋਗਲ ਖੇੜੀ ਮੀਮਸਾ ਇਹ ਸਾਰਾ ਦੌਰਾਂ ਮੈਂ ਕੱਢਿਆ ਬਾਕੀ ਪੈਸੇ ਮੈਂ ਤਾਂ ਤੇਲ ਆਪ ਪਵਾਇਆ ਕਿਉਂਕਿ ਅਸੀਂ ਨਾਲ ਫਿਰਦੇ ਤੇ ਵੀ ਸਾਡੇ ਸ਼ਹਿਰ ਦਾ ਬੰਦਾ ਹੈ ਅਸੀਂ ਸ਼ਹਿਰ ਦੇ ਬੰਦੇ ਨੂੰ ਸਪੋਰਟ ਦੇਵਾਂਗੇ ਜਦੋਂ ਪਹਿਲਾਂ ਤਾਂ ਜੀ ਬਾਅਦ ਚ ਅਸੀਂ ਕਿਸੇ ਹੋਰ ਨੂੰ ਬਾਅਦ ਚ ਦੇਵਾਂਗੇ ਜੀ ਪਹਿਲਾਂ ਸ਼ਹਿਰ ਦੇ ਬੰਦੇ ਨੂੰ ਪਿੰਡ ਦੇ ਸ਼ਹਿਰ ਦੇ ਨਾ ਹਾਂਜੀ ਦੇਵਾਂਗੇ ਨਾ ਜੀ ਸਾਨੂੰ ਉਸ ਬੰਦੇ ਤੇ ਮਾਣ ਆ ਵੀ ਸ਼ਹਿਰ ਦਾ ਹੈ ਲੇਕਿਨ ਸਾਡੇ ਸਾਰਾ ਮਾਣ ਤੋੜਦਾ ਜਦੋਂ ਆਪਦੇ ਪੁੰਨਾਂ ਤੇ ਆਪਦੇ ਨਾਨਕਿਆਂ ਦਾ ਜਾਪ ਦੇ ਕਿਸੇ ਹੋਰ ਦਾ ਨਹੀਂ ਬਣ ਸਕਦਾ ਸਾਡਾ ਕੀ ਬਣ ਸਕਦਾ ਸਰ ਉਹ ਠੀਕ ਸਹੀ ਆ ਜੀ ਠੀਕ ਲੇਕਿਨ ਸਾਡੇ ਫਿਰ ਆਦਾਨੇ ਦੀ ਗੱਲ ਨਾ ਜੀ ਹੈ ਦੇਖ ਲੈ ਹੋਰ ਪੜਾਅ ਸੱਡਣੀ ਫੇਰ ਫੇਰ ਕਰ ਦਾਂਗੇ ਕਿਉਂਕਿ ਦੁਖੀ ਦੰਦਰ ਹੋਈ ਪਿਆਂਗੇ ਹੁਣ ਆ ਨਾ ਕਹੀ ਮੈਂ ਨਹੀਂ ਮੈਂ ਤਾਂ ਸਾਰੀ ਚਲਾਉਂਦੇ ਰਹੀ ਇਹ ਹੈ ਨਾ ਜੀ ਬਹੁਤ ਜ਼ਰੂਰੀ ਥੀ ਮੈਂ ਬਹੁਤ ਦਿਨਾਂ ਦਾ ਡਿੱਗਦਾ ਉਹ ਦਿਨੇ ਵੀ ਉਦੋਂ ਮੈਂ ਉਰੇ ਵੀ ਉਦਨੇ ਮੁੜ ਕੇ ਮੈਥੋਂ ਉਦਨੇ ਮੈਂ ਮੇਰਾ ਵੀਰ ਖੜਾ ਉਹ ਬੈਠਾ ਫੌਜੀ ਉਹਦੇ ਲਵੇ ਖੜ ਕੇ ਮੈਂ ਖੜਿਆ ਵੀ ਮੈਨੂੰ ਵੀ ਸ਼ਾਇਦ ਸਪੋਰਟ ਮਿਲੂਗੀ ਪਰ ਮੇਰੇ ਦਿਲ ਦੀ ਉਹ ਗੱਲ ਨਹੀਂ ਬਣੀ ਅੱਜ ਕੱਢ ਲੇ ਪਰ ਅੱਜ ਮੈਂ ਬਹੁਤ ਖੁਸ਼ ਹਾਂ ਤੁਹਾਡੇ ਤੋਂ ਤੁਹਾਡੇ ਕੈਮਰੇ ਭਾਈਆਂ ਤੋਂ ਕਿ ਮੇਰਾ ਅੱਜ ਮਨ ਖੁਸ਼ ਹੋ ਗਿਆ ਕਿ ਜੋ ਮੈਂ ਗੋਲਟੀ ਬਾਰੇ ਕਹਿਣਾ ਚਾਹੁੰਦਾ ਸੀ ਉਹ ਕਹਿ ਲਿਆ ਕਿਉਂਕਿ ਮੈਂ ਦਿਲੋਂ ਅਸ ਟਾਈਮ ਭਗਵੰਤ ਮਾਨ ਨੂੰ ਸਪੋਰਟ ਕਰਦਾ ਸਾਡੇ ਘਰ ਦੀ ਜਿੰਨੀ ਵੀ ਵੋਟ ਆ ਜੀ ਭਗਵੰਤ ਮਾਨ ਨੂੰ ਜਾਊਗੀ ਅਸੀਂ ਸਾਡੇ ਮਹੱਲੇ ਦੇ ਵਿੱਚ ਹੁਣ ਤੁਸੀਂ ਲੋਕਡਾਊਨ ਦਾ ਹਾਲਾ ਲੋਕਡਾਊਨ ਦੇ ਟਾਈਮ ਦੀ ਤੁਹਾਨੂੰ ਗੱਲ ਦੱਸਦਾ ਜੀ ਮੈਂ ਸਾਡੇ ਘਰ ਦੇ ਵਿੱਚ ਲੋਕਡਾਊਨ ਜਦੋਂ ਲੱਗਿਆ ਕਹਿੰਦੇ ਨੇ ਵੀ ਘਰੇ ਤੁਹਾਨੂੰ ਆਟਾ ਮਿਲੂਗਾ ਜੀ ਤੁਹਾਡੇ ਦਾਲ ਸਬਜ਼ੀ ਤੁਹਾਨੂੰ ਸਾਰੀ ਘਰੇ ਮਿਲੂਗੀ ਜੀ ਸਹੀ ਹੈ ਨਾ ਜੀ 골ਡੀ ਵੀਰੇ ਕਹਿ ਕੇ ਸਾਡੇ ਮਹੱਲੇ 'ਚ ਸਾਨੂੰ 1 ਕਿਲੋ ਆਟਾ ਦੇਊਗਾ ਜੀ 2 ਚੱਪਣ ਕੱਦੂ 1 ਖੀਰਾ ਤੁਸੀਂ ਦੱਸੋ ਮੈਨੂੰ ਇਹ ਗੋਲਡੀ ਨੂੰ ਇਸ ਚੀਜ਼ ਦੀ ਮੈਂ ਚੈਲੰਜ ਕਰ ਜਾਂ ਜੀ ਸਾਡੇ ਘਰੇ ਬਲਵੰਤ ਦਸਮੇਸ਼ ਨਾਗਰ ਚੋਂ ਮੈਂ ਠੋਕ ਕੇ ਕਹਣਾ ਜੀ ਚਾਹੇ ਮੈਨੂੰ ਕੱਲੂ ਕੋਈ ਦੱਤਾ ਸੀਗਾ ਹਾਂਜੀ ਕੀ ਕੀ ਦੱਤਾ ਸੀਗਾ ਕਿਲੋ ਆਟਾ 1-1 ਕਰ ਨੂੰ 2 ਚੱਪਣ ਕੱਦੂ 1 ਖੀਰਾ ਹੁਣ ਦੱਸੋ ਹੁਣ ਅਸੀਂ ਕੀ ਕਰੀਏ ਖੀਰੇ ਨੂੰ ਅਸੀਂ ਕੀ ਕਰੀਏ ਚੱਪਣ ਕੱਦੂ ਦਾ ਸੀ ਕੀ ਕਰੀਏ ਹੁਣ ਕਿਲੋ ਆਟਾ ਕਿੱਲੋ ਆਟਾ ਜੀ ਸਾਡੇ ਘਰ ਦੇ ਛੇ ਜੀ ਖਾਣ ਵਾਲੇ ਨੇ ਨਹੀਂ ਅਸੀਂ ਉਹ 1.5 2 ਮਹੀਨੇ ਅੰਦਰ ਕਮਰੇ ਚ ਬੰਦ ਰਹੇ ਜਾਂ ਹਫਤਾ ਰਹੇ ਉਹ ਸਾਡਾ ਕਿਲੋ ਆਟੇ ਨਾਲ ਕੀ ਗੁਜ਼ਾਰਾ ਹੋ ਜੂ ਨਹੀਂ ਹੋ ਸਕਦਾ ਸਰ ਜੇ ਕੋਈ ਗਰੀਬੀ ਚੱਕ ਸਕਦਾ ਤਾਂ ਆਮ ਪਾਰਟੀ ਚੱਕ ਸਕਦੀ ਹੈ ਜੀ ਠੀਕ ਸਾਨੂੰ ਉਹਨਾਂ ਤੇ ਮਾਣ ਹੈ ਠੀਕ ਭਗਵੰਤ ਮਾਨ ਵੀਰ ਤੇ ਸਹੀ ਸਰ ਓਕੇ ਸਰ ਧੰਨਵਾਦ